ਰਾਜਯੋਗ ਰਜੇਸ਼ ਬਾਘਾ ਜੀ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਉਪ ਪ੍ਰਧਾਨ ਬਣਾਇਆ, ਵਾਈਸ ਪ੍ਰੈਜੀਡੈਂਟ ਬਣਾਇਆ ਮੈਂ, ਖਾਸ ਕਰਕੇ ਆਪਣੇ ਪ੍ਰਦੇਸ਼ ਅਧਿਅਕਸ਼ ਸ਼੍ਰੀ ਸ਼ੁਏਬ ਮਲਿਕ ਜੀ, ਰਾਕੇਸ਼ ਰਾਠੌਰ ਜੀ ਅਤੇ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ, ਕਿਉਂਕਿ ਉਹਨਾਂ ਨੇ ਇੱਕ ਜ਼ਿੰਮੇਵਾਰ ਬੰਦੇ ਨੂੰ ਅੱਜ ਜ਼ਿੰਮੇਵਾਰੀ ਚੰਗੀ ਦੇ ਕੇ ਉਹਨੂੰ ਪਾਰਟੀ ਦਾ ਮਾਨ ਸਤਿਕਾਰ ਬਖਸ਼ਿਆ। ਮੈਂ ਰਾਜੇਸ਼ ਬਾਘਾ ਜੀ ਤੋਂ ਬਹੁਤ ਉਮੀਦ ਆ, ਕਿਉਂਕਿ ਇਹਨਾਂ ਨੇ ਅੱਗੇ ਵੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਕੰਮ ਕੀਤਾ। ਐਸ ਸੀ ਕਮਿਸ਼ਨ ਦੇ ਚੇਅਰਮੈਨ ਵੀ ਗਏ ਆ, ਉਸ ਤੋਂ ਪਹਿਲਾਂ ਯੁਵਾ ਮੋਰਚਾ ਦੇ ਅਧਿਅਕਸ਼ ਵੀ ਗਏ ਆ, ਵੱਖਰੀਆਂ ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅੱਜ ਇਸ ਮੁਕਾਮ 'ਤੇ ਪਹੁੰਚੇ ਆ। ਇਸ ਕਰਕੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ ਸਾਡੇ ਇਸ ਵੀਰ ਨੂੰ ਕਾਮਯਾਬੀ ਦੇਈ, ਆਪਣਾ ਮਿਹਰ ਪ੍ਰਿਆਰਥ ਆਪਣੇ ਇਹਦੇ ਸਿਰ 'ਤੇ ਰੱਖੀ। ਭਾਰਤੀ ਜਨਤਾ ਪਾਰਟੀ ਨੇ ਰਾਜੇਸ਼ ਬਾਘਾ ਜੀ ਨੂੰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਯੂਨਿਟ ਦਾ ਵਾਈਸ ਪ੍ਰੈਜੀਡੈਂਟ ਦੀ ਜ਼ਿੰਮੇਵਾਰੀ ਦਿੱਤੀ ਹੈ, ਔਰ ਇਹਦੇ ਨਾਲ ਸਾਰੇ ਵਰਕਰਾਂ 'ਚ ਇੱਕ ਐਸਾ ਪ੍ਰਭਾਵ, ਇੱਕ ਐਸਾ ਉਤਸ਼ਾਹ ਹੈ ਦਿਖ ਰਿਹਾ ਵੀ, ਕਿਉਂਕਿ ਪਾਰਟੀ ਨੂੰ ਇਹਦੇ ਨਾਲ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਬਾਘਾ ਜੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਜੋ ਕਿਹੜਾ ਕਮਿਸ਼ਨ ਸੀ ਉਹਦੇ ਆਪਣੀ ਉਸ ਟੰਡੋਰ ਤੋਂ ਪਹਿਲਾਂ ਰਾਸ਼ਟਰੀ ਸਚਿਵ ਦੇ ਤੌਰ ਦੇ ਉੱਤੇ ਕੰਮ ਕੀਤਾ, ਪੰਜਾਬ ਭਾਜਪਾ ਦੇ ਜਿਹੜੇ ਹੈ ਉਹ ਜਨਰਲ ਸੈਕਟਰੀ ਦੇ ਤੌਰ 'ਤੇ ਵੀ ਕੰਮ ਕੀਤਾ, ਔਰ ਉਹਨਾਂ ਦਾ ਜਿਹੜਾ ਪਿਛਲਾ ਕੰਮ ਹੈ ਉਹ ਇਸ ਗੱਲ ਦੀ ਹੈ ਕਿ ਉਹ ਜਿੱਥੇ ਜਿੱਥੇ ਵੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਔਰ ਦੇਸ਼ ਦੇ ਹਿੱਤ ਦੇ ਵਿੱਚ ਔਰ ਖਾਸ ਤੌਰ 'ਤੇ ਜਿਹੜੀ ਅਪਲਿਫਟਮੈਂਟ ਜਿਹੜੀ ਦੱਬੇ ਕੁਚਲਿਆਂ ਦੀ ਹੈ ਜਾਂ ਸਾਡੀ ਜਿਹੜੀ ਆਰਕਸ਼ਿਤ ਸਮਾਜ ਔਰ ਇਸ ਤੋਂ ਵੀ ਉੱਪਰ ਉੱਠ ਕੇ ਉਹਨਾਂ ਨੇ ਜਿਹੜੇ ਸਹੀ ਮਾਇਨਿਆਂ 'ਚ ਕਮਜ਼ੋਰ ਵਰਗ ਹੈ ਉਹਨਾਂ ਦੀ ਅਪਲਿਫਟਮੈਂਟ ਲਈ ਬਹੁਤ ਕੰਮ ਕੀਤਾ ਹੈ, ਦੇਸ਼ ਵਿਦੇਸ਼ 'ਚ ਉਹਨਾਂ ਦੀਆਂ ਇਹ ਗੱਲਾਂ। ਹੁਣ ਉਹਨਾਂ ਨੇ ਰੀਸੈਂਟਲੀ ਆਪਣੇ ਅਨੁਭਵ ਵੀ ਜਿਹੜੇ ਹੈ ਉਹ ਆਪਣੇ 6 ਸਾਲ ਜਿਹੜੇ ਐਸ ਸੀ ਕਮਿਸ਼ਨ ਦੇ ਵਿੱਚ ਉਹਨਾਂ ਨੇ ਬਿਤਾਏ ਨੇ ਉਹਦੇ ਉੱਤੇ ਉਹਨਾਂ ਨੇ ਜਿਹੜੀ ਪਾਰਟੀ ਔਰ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਉਹ ਸਵੈਮ ਸੇਵਕ ਰਹੇ ਨੇ ਉਹਨਾਂ ਨੇ ਉਹਨਾਂ ਨੀਤੀਆਂ ਦੇ ਅਨੁਸਾਰ ਹੀ ਜਿਹੜਾ ਉਹ ਉੱਥੇ ਉਹਨਾਂ ਨੇ ਕੰਮ ਕੀਤਾ ਔਰ 6 ਸਾਲ ਦੇ ਆਪਣੇ ਅਨੁਭਵ ਨੂੰ ਉਹਨਾਂ ਨੇ ਇੱਕ ਕਿਤਾਬ ਦੇ ਰੂਪ 'ਚ ਸਾਂਝਾ ਕੀਤਾ। ਰੀਸੈਂਟਲੀ ਉਹਨਾਂ ਦੀ ਕਿਤਾਬ ਆਈ ਹੈ ਔਰ ਮੈਂ ਇਹ ਸਮਝਦਾ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਵਾਈਸ ਪ੍ਰਧਾਨ ਦੇ ਤੌਰ ਦੇ ਉੱਤੇ ਜਿਹੜੀ ਪੰਜਾਬ ਦੀ ਹੋਈ ਹੈ ਉੱਥੇ ਜਿੱਥੇ ਖਾਸ ਤੌਰ 'ਤੇ ਕਮਜ਼ੋਰ ਵਰਗ ਔਰ ਜਿਹੜੇ ਹੋਰ ਕਰਮਚਾਰੀ ਵਰਗ ਜਿਨ੍ਹਾਂ ਦੇ ਹਿੱਤਾਂ ਲਈ ਉਹਨਾਂ ਨੇ 6 ਸਾਲ ਐਸ ਸੀ ਕਮਿਸ਼ਨ 'ਚ ਰਹਿ ਕੇ ਕੰਮ ਕੀਤਾ ਹੈ ਔਰ ਪਾਰਟੀ ਦੇ ਨੇਤਾ ਦੇ ਤੌਰ 'ਤੇ ਵੀ ਪਿਛਲੇ 25 ਸਾਲਾਂ ਤੋਂ ਜਿਹੜਾ ਉਹਨਾਂ ਨੇ ਕੰਮ ਕੀਤਾ ਉਹਦੇ ਉਹਨੂੰ ਦੇਖਦੇ ਹੋਏ ਪੰਜਾਬ 'ਚ ਪਾਰਟੀ ਬਹੁਤ ਮਜ਼ਬੂਤ ਹੋਏਗੀ ਔਰ ਇਹ ਸਾਰਾ ਵਰਕਰਾਂ ਨੂੰ ਵੀ ਬੜਾ ਉਤਸ਼ਾਹ ਕਿ ਇੱਕ ਵਰਕਰ ਵਰਗਾ ਜਿਹੜਾ ਇੱਕ ਕਾਰਜਕਰਤਾ ਵਰਗਾ ਜਿਹੜਾ ਇੱਕ ਸਧਾਰਨ ਵਿਅਕਤੀ ਜਿਹੜਾ ਉਹ ਅੱਛੀਆਂ ਜਗ੍ਹਾ ਦੇ ਉੱਤੇ ਵੀ ਰਹਿ ਕੇ ਜਿਹੜੀਆਂ ਪੋਸਟ ਦੇ ਉੱਪਰ ਰਹਿ ਕੇ ਵੀ ਇੱਕ ਸਾਮਾਨਯ ਕਾਰਜਕਰਤਾ ਦੀ ਤਰ੍ਹਾਂ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਉਹਨਾਂ ਦੀ ਕੁਆਲਿਟੀ ਹੈ ਔਰ ਮੈਂ ਸ਼ੁਭਇੱਛਾਵਾਂ ਦਿੰਦਾ ਬਾਘਾ ਜੀ ਨੂੰ ਵੀ ਕਿ ਉਹਨਾਂ ਨੂੰ ਜਿਹੜੀ ਦੁਬਾਰਾ ਜ਼ਿੰਮੇਵਾਰੀ ਮਿਲੀ ਹੈ ਉਹ ਸਹੀ ਤਰ੍ਹਾਂ ਨਾਲ ਨਿਭਾ ਕੇ ਔਰ ਮਜ਼ਬੂਤ ਕਰਨਗੇ ਪਾਰਟੀ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਧਿਅਕਸ਼ ਸ਼੍ਰੀਮਾਨ ਸ਼ਵੇਤ ਮਲਿਕ ਜੀ ਜਿਨ੍ਹਾਂ ਨੇ ਅਨਾਊਂਸਮੈਂਟ ਕਰਕੇ ਜੋ ਪੰਜਾਬ ਦੀ ਟੀਮ ਵਿੱਚ ਬਹੁਤ ਹੀ ਮਿਹਨਤੀ ਔਰ ਜੁਝਾਰੂ ਮੇਰੇ ਛੋਟੇ ਵੀਰ ਰਾਜੇਸ਼ ਬਾਘਾ ਜੀ ਨੂੰ ਪੰਜਾਬ ਵਿੱਚ ਆਪਣੀ ਟੀਮ ਦੇ ਨਾਲ ਵਾਈਸ ਪ੍ਰਧਾਨ ਬਣਾਇਆ ਹੈ, ਮੈਂ ਸਭ ਤੋਂ ਪਹਿਲੇ ਧੰਨਵਾਦ ਕਰਦਾ ਹਾਂ ਸ਼ਵੇਤ ਮਲਿਕ ਜੀ ਦਾ ਜਿਨ੍ਹਾਂ ਨੇ ਇੱਕ ਹੋਣਹਾਰ ਯੁਵਾ ਨੇਤਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਵੀ ਬਾਘਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਬਾਘਾ ਜੀ ਦੇ ਨਾਲ ਜੁਆਇਨ ਕਰਨ ਦੇ ਨਾਲ ਪੰਜਾਬ ਜੋ ਟੀਮ ਹੈ ਉਸ 'ਚ ਬਹੁਤ ਸ਼ਕਤੀ ਮਿਲੇਗੀ ਔਰ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਬਹੁਤ ਹੀ ਇਮਾਨਦਾਰ ਨਾਲ ਨਿਭਾਉਣਗੇ ਕਿਉਂਕਿ ਬਾਘਾ ਜੀ ਪਹਿਲੇ ਵੀ ਬੀਜੇਪੀ ਦੇ ਵਿੱਚ ਬਹੁਤ ਅੱਛੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ, ਜਨਰਲ ਸੈਕਟਰੀ ਵੀ ਰਹੇ ਔਰ ਸਾਡੇ ਸਰਕਾਰ ਦੇ ਵਿੱਚ ਪੰਜਾਬ ਐਸ ਸੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਔਰ ਬਹੁਤ ਬਖੂਬੀ ਐਸ ਸੀ ਦਲਿਤ ਵੀਰਾਂ ਵਾਸਤੇ ਇਹਨਾਂ ਨੇ ਬੜਾ ਕੰਮ ਕੀਤਾ, ਉਸ ਨੂੰ ਵੇਖਦੇ ਹੋਏ ਪਾਰਟੀ ਨੇ ਫਿਰ ਇਹਨਾਂ ਉੱਪਰ ਭਰੋਸਾ ਜਿਤਾਇਆ ਹੈ ਔਰ ਅੱਜ ਮੈਂ ਦੇਖ ਰਿਹਾ ਕਿ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਬਹੁਤ ਉਤਸ਼ਾਹਿਤ ਨੇ, ਉਹ ਮਹਿਸੂਸ ਕਰਦੇ ਨੇ ਕਿ ਇਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਨੂੰ ਆਨੰਦ ਆਏਗਾ ਔਰ ਜੋ ਪਾਰਟੀ ਦਾ ਵਿਚਾਰ ਔਰ ਜੋ ਵਿਸਤਾਰ ਹੈ ਔਰ ਪ੍ਰਚਾਰ ਹੈ ਉਹਦੇ 'ਚ ਹੋਰ ਵਾਧਾ ਹੋਏਗਾ। ਸੋ ਮੈਂ ਕਰੀ ਫਿਰ ਸ਼੍ਰੀਮਾਨ ਸ਼ਵੇਤ ਮਲਿਕ ਜੀ ਦਾ, ਪੰਜਾਬ ਅਧਿਅਕਸ਼ ਜੀ ਦਾ ਜਿੱਥੇ ਧੰਨਵਾਦ ਕਰਦਾ ਹਾਂ, ਉੱਥੇ ਰਾਜੇਸ਼ ਬਾਘਾ ਜੀ ਨੂੰ ਵਾਈਸ ਪ੍ਰਧਾਨ ਭਾਜਪਾ ਪੰਜਾਬ ਦੇ ਬਣਨ ਦੀ
ਮੁਬਾਰਕਬਾਦ ਦਿੰਦਾ ਹਾਂ। ਸਾਡੇ ਨਾਲ ਜਿੱਥੇ ਜ਼ਿਲ੍ਹਾ ਦੇ ਅਧਿਆਪਕ ਸਾਡੇ ਰਾਉਣ ਬੱਬੀ ਜੀ ਵੀ ਆਏ ਨੇ, ਉਹ ਵੀ ਇਸ ਕਾਰਜਕ੍ਰਮ 'ਚ ਵਧਾਈ ਦੇਣ ਲਈ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਸਰ, CWE ਜਿਹੜੀ ਰੈਸਲਿੰਗ ਕੰਪਨੀ ਹੈ ਕੰਗਣੀਵਾਲ 'ਚ ਜਲੰਧਰ 'ਚ, ਉਹਨਾਂ ਦੇ ਫਾਊਂਡਰ ਨੇ ਦਾ ਗ੍ਰੇਟ ਖਲੀ ਸਰ, ਔਰ ਮੈਂ ਉਹਨਾਂ ਦਾ ਸ਼ਿਸ਼ਿਆ ਹਾਂ ਸ਼ੈਂਕੀ ਸਿੰਘ। ਸਾਰੀ CW ਯੂਨੀਵਰਸ ਵੱਲੋਂ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਪੰਜਾਬ ਦੇ ਵਾਈਸ ਪ੍ਰੈਜੀਡੈਂਟ ਬਣਨ ਦੀ ਲੱਖ ਲੱਖ ਵਧਾਈਆਂ। ਭਾਰਤੀ ਜਨਤਾ ਪਾਰਟੀ ਪੰਜਾਬ ਨੇ ਮੈਨੂੰ ਪੰਜਾਬ ਦਾ ਉਪ ਪ੍ਰਧਾਨ ਬਣਾਇਆ, ਜਿਹਦੇ 'ਤੇ ਮੈਂ ਸ਼ਵੇਤ ਮਲਿਕ ਜੀ, ਮਾਨਯੋਗ ਅਮਿਤ ਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਮੇਰੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ। ਪਹਿਲਾਂ ਵੀ ਮੈਨੂੰ ਜਿਹੜੀਆਂ ਪਾਰਟੀ ਨੇ ਜ਼ਿੰਮੇਵਾਰੀਆਂ ਦਿੱਤੀਆਂ ਉਹਦੇ 'ਤੇ ਮੈਂ ਪੂਰਾ ਖਰਾ ਉਤਰਿਆ। ਇਹ ਵੀ ਜ਼ਿੰਮੇਵਾਰੀ ਕਿਉਂਕਿ ਸਾਡੀ 2019 'ਚ ਅਸੀਂ ਫਿਰ ਸਰਕਾਰ ਰਿਪੀਟ ਕਰਾਵਾਂਗੇ, ਪੰਜਾਬ 'ਚੋਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਜਿਹੜੇ ਸਾਡੇ ਗੱਠਜੋੜ ਉਮੀਦਵਾਰ ਹੋਣਗੇ ਅਸੀਂ ਉਹਨਾਂ ਨੂੰ ਜਿਤਾਵਾਂਗੇ। ਅਤੇ ਜਿਹੜੀਆਂ ਨਰਿੰਦਰ ਮੋਦੀ ਜੀ ਦੀਆਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੀਆਂ ਸਕੀਮਾਂ ਉਹ ਆਮ ਲੋਕਾਂ ਤੱਕ ਕਿੱਦਾਂ ਪਹੁੰਚ ਸਕਦੀਆਂ ਇਹ ਵੀ ਦੇਖਾਂਗੇ। ਪਿੰਡ ਦੇ ਸਾਡੇ ਪਿੰਡ ਬਲੀਨਾ ਦੁਆਬਾ ਜਿਸ 'ਚ ਮੇਰਾ ਜਨਮ ਹੋਇਆ ਅਤੇ ਜਿੱਥੇ ਦੇ ਲੋਕ ਮੈਨੂੰ ਅਕਸਰ ਪਿਆਰ ਦਿੰਦੇ ਆ, ਅੱਜ ਵੀ ਮੇਰੇ ਉਪ ਪ੍ਰਧਾਨ ਬਣਨ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਬਹੁਤ ਪਿੰਡ ਵਾਲਿਆਂ ਵਿੱਚ ਖੁਸ਼ੀ ਆ। ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ, ਇਹਨਾਂ ਨੇ ਅੱਜ ਮੇਰਾ ਜਿਹੜਾ ਇੰਨਾ ਵਧੀਆ ਸਵਾਗਤ ਕੀਤਾ ਗ੍ਰਾਮ ਪੰਚਾਇਤ ਦਾ ਸਮੁੱਚੀ ਦਾ, ਅਤੇ ਨਾਲ ਸਾਡਾ ਬਾਬਾ ਭਗਤ ਰਾਮ ਸਪੋਰਟਸ ਕਲੱਬ ਦੇ ਸਾਰੇ ਮੈਂਬਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹਿਣ ਅਤੇ ਮੈਂ ਸਮਾਜ ਦੀ ਸੇਵਾ ਕਰਦਾ ਰਹਾਂ। ਜਿਸ ਤਰ੍ਹਾਂ ਮੈਂ SC ਕਮਿਸ਼ਨ 'ਚ ਸੇਵਾ ਕਰਦਾ ਸੀ ਉਹਦੇ ਵਿੱਚ ਵੀ ਮੈਨੂੰ ਇਹ ਸਾਰੇ ਜਣੇ ਬੜਾ ਸਹਿਯੋਗ ਦਿੰਦੇ ਸੀ, ਅਤੇ ਮੈਨੂੰ ਆਸ ਆ ਵੀ ਗਾਂਹ ਵੀ ਮੈਨੂੰ ਇਸ ਤਰ੍ਹਾਂ ਪਿੰਡ ਵਾਲੇ ਪਿਆਰ ਦੇਣਗੇ। ਮੈਂ ਇੱਕ ਵਾਰੀ ਫਿਰ ਪਾਰਟੀ ਦਾ ਅਤੇ ਪਾਰਟੀ ਦੇ ਅਹੁਦੇਦਾਰਾਂ ਦਾ, ਅਮਿਤ ਸ਼ਾਹ ਜੀ ਦਾ, ਸ਼ਵੇਤ ਮਲਿਕ ਜੀ ਦਾ ਬਹੁਤ ਬਹੁਤ ਧੰਨਵਾਦ।